ਮੈਨੂੰ ਤੇ ਪਤਾ ਹੀ ਨਹੀਂ ਪ੍ਰੇਮ ਕੀ ਹੁੰਦਾ, ਮੈਂ ਇਸ ਕੰਜਰਖਾਨੇ ਚ ਪਿਆ ਹੀ ਨਹੀਂ ਕਦੀ, ਮੈਨੂੰ ਨਹੀਂ ਪਤਾ ਪ੍ਰੇਮ ਪ੍ਰੂਮ ਕੀ ਹੁੰਦਾ, ਹੁੰਦੇ ਨੇ ਕਈ ਏਦਾਂ ਦੇ ਸੱਖਣੇ ਹਿਰਦੇ, ਮੈਂ ਨਹੀਂ ਪਿਆ ਇਹੋ ਜਿਹੇ ਕੰਮ ਚ, ਮੈਨੂੰ ਨਹੀਂ ਪਤਾ ਪ੍ਰੇਮ ਕੀ ਹੈ। ਉਹ ਕਹਿੰਦੇ ਫਿਰ ਵੀ ਇੱਕ ਨਾਂ ਲੈ, ਮਾਂ ਨੂੰ ਪ੍ਰੇਮ ਕਰਨਾ, ਪਿਤਾ ਨੂੰ ਪ੍ਰੇਮ ਕਰਨਾ, ਕੋਈ ਹੈ ਨਾ? ਕਹਿੰਦਾ ਮੈਨੂੰ ਪਤਾ ਹੀ। ਕਹਿੰਦੇ ਫਿਰ ਜੇ ਤੂੰ ਇਹ ਨਹੀਂ ਸਮਝ ਸਕਿਆ ਨਾ, ਫਿਰ ਤੂੰ ਰੱਬ ਨੂੰ ਵੀ ਸਮਝ ਨਹੀਂ ਸਕਦਾ। ਪ੍ਰੇਮ ਜਿਹੜਾ ਕਰ ਹੀ ਨਹੀਂ ਸਕਦਾ ਉਹ ਕਿਵੇਂ ਸਮਝੇਗਾ ਧਰਮ ਨੂੰ? ਪਿਆਰ ਤੋਂ ਸੱਖਣਾ ਹਿਰਦਾ ਧਰਮੀ ਨਹੀਂ ਹੋ ਸਕਦਾ। ਗੁਰਮੁਖ ਪ੍ਰੇਮ ਕਿਸੇ ਇੱਕ ਨਾਲ ਕੀਤਾ ਜਾਂਦਾ, ਸਮਸਤ ਨਾਲ ਪ੍ਰੇਮ ਕਰਨਾ ਇਹ ਧਰਮ ਹੈ। ਸਾਰਿਆਂ ਨਾਲ, ਸਾਰੀ ਕਾਇਨਾਤ ਨਾਲ, ਕਾਦਰਤ ਦੀ ਬਣਾਈ ਹੋਈ ਕੁਦਰਤ ਨਾਲ। ਜਿਵੇਂ ਭਾਈ ਘਨੱਈਆ ਜੀ ਕਹਿੰਦੇ ਨੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਇਹ ਪ੍ਰੇਮ। ਜਿਵੇਂ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਵਿੱਚ ਵੀ ਇਹ ਘਟਨਾ ਆਉਂਦੀ ਹੈ, ਪਰ ਇੱਕ ਹੋਰ ਵੀ ਗੁਰਮੁਖਾਂ ਨੇ ਦੱਸਿਆ, ਕਹਿੰਦੇ ਕਿ ਇੱਕ ਇਸਤਰੀ ਘਰ ਵਿੱਚ ਹੈ, ਉਹਦਾ ਪਤੀ ਆਉਣਾ ਹੈ ਬਾਹਰੋਂ। ਉਹ ਆਇਆ, ਕਈ ਦਿਨਾਂ ਬਾਅਦ ਆਇਆ ਤੇ ਆਉਣ ਸਾਰ ਕਹਿੰਦਾ ਮੈਂ ਥੱਕਿਆ ਹੋਇਆ ਭਗਵਾਨ ਨੇ, ਮੈਂ ਪਾਣੀ ਪੀਣਾ ਹੈ ਤੇ ਸੌ ਜਾਣਾ, ਮੈਂ ਥੱਕਿਆ ਹੋਇਆ। ਉਹ ਗਈ ਅੰਦਰ, ਪਾਣੀ ਦਾ ਗਲਾਸ ਭਰ ਕੇ ਲੈ ਆਈ। ਜਦੋਂ ਮੁੜ ਕੇ ਆਈ ਆਉਂਦਿਆਂ ਨੂੰ ਸੌ ਗਿਆ, ਉਹਨੇ ਹੱਥ ਵਿੱਚ ਗਲਾਸ ਫੜਿਆ ਹੋਇਆ ਪਾਣੀ ਵਾਲਾ, ਖਲੋਤੀ ਰਹੀ ਵੀ ਇਹਨਾਂ ਨੂੰ ਪਿਆਸ ਤੇ ਲੱਗੀ ਹੋਈ ਸੀ, ਥੱਕੇ ਆਏ ਨੇ ਬਾਹਰੋਂ, ਹੁਣ ਮੈਂ ਪਾਣੀ ਇਹਨਾਂ ਨੇ ਮੰਗਿਆ, ਨੀਂਦ ਆ ਗਈ ਹੈ ਤੇ ਹੁਣ ਤੋਂ ਦੋ ਤਿੰਨ ਘੰਟੇ ਬਾਅਦ ਜਾਗ ਆਏਗੀ, ਉਦੋਂ ਨੂੰ ਮੈਂ ਸੁੱਤੀ ਹੋਣਾ ਹੈ, ਹੋਰ ਵੀ ਪਿਆਸ ਨਾਲ ਵਿਆਕੁਲ ਹੋ ਜਾਣਗੇ, ਨੀਂਦ ਕਰਕੇ ਥਕਾਵਟ ਕਰਕੇ ਉੱਠ ਕੇ ਪਾਣੀ ਪੀਤਾ ਵੀ ਨਹੀਂ ਜਾਣਾ। ਖਲੋਤੀ ਰਹੀ ਪਾਣੀ ਲੈ ਕੇ ਉੱਥੇ, ਗੁਰਮੁਖੋ ਸਾਰੀ ਰਾਤ ਲੰਘ ਗਈ, ਉਹ ਸੁੱਤਾ ਘਰਾੜੇ ਮਾਰਦਾ ਰਿਹਾ, ਉਹਦਾ ਪਤੀ ਉਹ ਹੱਥ 'ਚ ਗਲਾਸ ਫੜ ਕੇ ਖਲੋਤੀ ਦੇ, ਸਾਰੀ ਰਾਤ ਉਹਦੀ ਲੰਘ ਗਈ। ਸਵੇਰੇ ਉਹਨੇ ਜਦੋਂ ਅੱਖ ਖੋਲ੍ਹੀ ਤੇ ਕਹਿੰਦਾ ਤੂੰ ਇੱਥੇ ਕਿਉਂ ਖਲੋਤੀ ਹੈ? ਕਹਿੰਦੇ ਤੁਸੀਂ ਰਾਤ ਪਾਣੀ ਮੰਗਿਆ ਸੀ ਤੇ ਮੈਂ ਪਾਣੀ ਲੈਣ ਗਈ ਤੇ ਮੇਰੇ ਆਉਂਦਿਆਂ ਨੂੰ ਸੌਂ ਵੀ ਗਏ ਸੋ, ਤੇ ਮੈਂ ਆਖਿਆ ਕਿਤੇ ਰਾਤ ਨੂੰ ਤੁਹਾਨੂੰ ਪਿਆਸ ਲੱਗੇਗੀ, ਮੈਂ ਪਾਸ ਨਹੀਂ ਹੋਵਾਂਗੀ ਤੇ ਤੁਸੀਂ ਫਿਰ ਕਿਵੇਂ ਪਾਣੀ ਲਓਗੇ? ਤਾਂ ਕਰਕੇ ਮੈਂ ਪਾਣੀ ਲੈ ਕੇ ਖਲੋਤੀ। ਉਹ ਬੜਾ ਹੈਰਾਨ ਹੋਇਆ ਵੀ ਸਾਰੀ ਰਾਤ ਖਲੋਤੀ ਰਹੀ। ਹੌਲੀ ਹੌਲੀ ਗੱਲ ਫੈਲ ਗਈ, ਕਹਿੰਦੇ ਨੇ ਸਮਰਾਟ ਸੀ ਨਾ ਜਿਹੜਾ ਉਸ ਇਲਾਕੇ ਦਾ, ਉਹਨੂੰ ਪਤਾ ਲੱਗ ਗਿਆ, ਸਮਰਾਟ ਨੂੰ, ਰਾਜੇ ਨੂੰ। ਉਹ ਆਪ ਚੱਲ ਕੇ ਆਇਆ, ਕਹਿੰਦੇ ਇਹੋ ਜਿਹੀ ਇਸਤਰੀ ਦੇ ਦਰਸ਼ਨ ਕਰਨੇ ਚਾਹੀਦੇ ਜਿਹੜੀ ਸਾਰੀ ਰਾਤ ਆਪਣੇ ਪਤੀ ਵਾਸਤੇ ਪਾਣੀ ਲੈ ਕੇ ਹੀ ਖਲੋਤੀ ਰਹੀ, ਪਤੀ ਵਰਤਾ ਇਸਤਰੀ ਸਾਰੀ ਰਾਤ ਖਲੋਤੀ ਰਹੀ। ਉਹ ਕਹਿੰਦੇ ਨੇ ਸਮਰਾਟ ਆਪ ਆਇਆ ਵੀ ਉਹਦੇ ਦਰਸ਼ਨ ਕਰੋ, ਬੜੇ ਲੋਕ ਆਉਂਦੇ ਨੇ, ਉਹਨੂੰ ਫੁੱਲਾਂ ਦੇ ਹਾਰ ਵੀ ਉਹਦੇ ਗਲ 'ਚ ਪਾਉਂਦੇ ਨੇ, ਬੜੀ ਸੋਭਾ ਹੋ ਰਹੀ। ਹੁਣ ਜਿਹੜੀਆਂ ਬੀਬੀਆਂ ਹੋਰ ਨੇ ਆਂਢ ਗੁਆਂਢ ਦੀਆਂ, ਉਹ ਸੋਚਦੀਆਂ ਨੇ ਵੀ ਇੱਡੀ ਖਾਸ ਗੱਲ ਤੇ ਕੋਈ ਹੈ ਨਹੀਂ, ਇਹਦੀ ਸੋਭਾ ਹੋ ਰਹੀ ਸਾਰੇ ਪਾਸੇ। ਹੁਣ ਇੱਕ ਤੇ ਅੰਦਰ ਪ੍ਰੇਮ, ਉਹ ਕਹਿੰਦੀ ਹੈ ਕਿਹੜਾ ਕੋਈ ਵੱਡੀ ਗੱਲ ਹੈ, ਘਰ ਵਾਲੇ ਨੂੰ ਕਹਿੰਦੀ ਹੈ ਤੂੰ ਥੱਕ ਕੇ ਆਉਣਾ, ਅੱਜ ਥੱਕ ਕੇ ਆਈ ਐਵੇਂ ਹੀ ਨਾ ਜੀ। ਉਹ ਵਿਚਾਰਾ ਆਉਣਾ ਵੇਲੇ ਨਾਲ ਸੀ, ਲੇਟ ਆਇਆ, ਥੱਕਿਆ ਹੋਇਆ, ਆ ਕੇ ਪਾਣੀ ਮੰਗੀ, ਜਦੋਂ ਮੈਂ ਪਾਣੀ ਲੈਣ ਜਾਵਾਂ ਆਉਂਦਿਆਂ ਨੂੰ ਸੌਂ ਜਾਈ।
ਇਹ ਹੁਣ ਇਹ ਨਕਲ ਹੈ, ਮੈਂ ਅਰਜ ਕਰਦਾ ਸਾ ਇੱਕ ਰੀਸ ਹੈ, ਇੱਕ ਅੰਦਰੋਂ ਅੰਦਰੋਂ ਜਿੰਨਾ ਚਿਰ ਚਸ਼ਮਾ ਨਾ ਨਾ ਫੁੱਟੇ ਪ੍ਰੇਮ ਦਾ ਗੱਲ ਨਹੀਂ ਬਣਦੀ। ਗੁਰਮੁਖੋ ਉਹ ਕਹਿੰਦੀਆਂ ਨੇ ਕਿ ਲੇਟ ਆਈ ਤੇ ਮੈਂ ਆ ਕੇ ਆਖੀ ਮੈਨੂੰ ਪਿਆਸ ਲੱਗੀ ਆ, ਤੇ ਇਹ ਵੀ ਖਿਆਲ ਰੱਖੀ ਜਦੋਂ ਮੈਂ ਪਾਣੀ ਲੈ ਕੇ ਆਵਾਂ ਉਦੋਂ ਨੂੰ ਸੌਂ ਜਾਈ। ਉਹ ਹੁਣ ਲੇਟ ਆਇਆ, ਥੱਕਿਆ ਹੋਇਆ, ਹੁਕਮ ਸੀ ਵੀ ਲੇਟ ਆਈ ਤੇ ਲੇਟ ਆਇਆ ਸੌਂ ਗਿਆ। ਉਹ ਪਾਣੀ ਲੈ ਕੇ ਆਈ, ਨਹੀਂ ਵੀ ਨੀਂਦਰ ਆਈ, ਫਿਰ ਵੀ ਸੌਂ ਗਿਆ ਵੀ ਮੈਂ ਸੌਂ ਗਿਆ। ਉਹ ਪਾਣੀ ਲੈ ਕੇ ਖਲੋ ਗਈ, ਫਿਰ ਸੋਚਿਆ ਵੀ ਸਵੇਰ ਤੱਕ ਇਹਦੇ ਸੁੱਤੇ ਰਹਿਣਾ, ਇਹਨੂੰ ਕਿਹਾ ਸੀ ਵੀ ਉੱਠੀ ਵੀ ਨਾ ਰਾਤ ਸਾਰੀ, ਇਹ ਵੀ ਕਿਹਾ ਹੋਇਆ ਉੱਠਣਾ ਤੇ ਇਹਨੇ ਹੈ ਨਹੀਂ, ਫਿਰ ਸਾਰੀ ਰਾਤ ਕਿਉਂ ਖਲੋਣਾ, ਸੌਂ ਜਾਂਦੀ ਆ ਇਹਦੇ ਉੱਠਣ ਤੋਂ ਪਹਿਲਾਂ ਫਿਰ ਖਲੋ ਜਾਂਗੀ। ਉਹ ਸੌਂ ਗਈ ਤੇ ਗੁਰਮੁਖੋ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਉਹਨੂੰ ਹੁਣ ਜਾਗ ਭਾਵੇਂ ਭਾਈ ਨੂੰ ਪਹਿਲਾਂ ਆ ਗਈ, ਉਹਨੇ ਵੇਖਿਆ ਵੀ ਇਹ ਸੁੱਤੀ ਪਈ ਹੈ ਪਰ ਉਹਦਾ ਹੁਕਮ ਹੈ ਵੀ ਮੈਂ ਜਦੋਂ ਉੱਠਾਂ ਪਾਣੀ ਲੈ ਕੇ ਖਲੋਤਾ ਹੋ ਖਲੋਤੀ ਹੋਵਾਂ ਉਦੋਂ ਉੱਠੀ। ਉਹ ਵਿੱਚ ਵਿੱਚ ਦੀ ਅੱਖ ਖੋਲ ਕੇ ਵੇਖ ਲੈਂਦਾ ਵੀ ਉਹਦੇ ਸੁੱਤੀ ਪਈ ਹੈ, ਫਿਰ ਸੌਂ ਜਾਂਦਾ ਅੱਖਾਂ ਬੰਦ ਕਰ ਲਈ। ਉਹ ਉੱਠੀ ਪਾਣੀ ਦਾ ਗਲਾਸ ਲੈ ਕੇ ਫਿਰ ਖਲੋਤੀ, ਫਿਰ ਉਹ ਉੱਠਿਆ ਤੇ ਹੁਣ ਗੁਰਮੁਖੋ ਉਹਨੂੰ ਕਹਿੰਦੀ ਹੈ ਵੀ ਤੂੰ 10 ਵਾਰ ਜਾ ਕੇ ਵੀ ਸਾਰੀ ਰਾਤ ਮੇਰੇ ਘਰ ਵਾੜੀ ਖਲੋਤੀ ਰਹੀ। ਉਹ ਦੱਸਿਆ ਪਰ ਨਾ ਕੋਈ ਉਹਦੇ ਦਰਸ਼ਨ ਕਰਨ ਆਇਆ, ਨਾ ਸਮਰਾਟ ਆਇਆ, ਨਾ ਹਾਰ ਉਹਦੇ ਗਲ ਚ ਪਾਏ। ਉਹ ਸਮਰਾਟ ਦੇ ਕੋਲ ਗਈ, ਕਹਿੰਦੀ ਜੇ ਤੇ ਬੜੀ ਬੇਇਨਸਾਫੀ ਹੈ, ਇੱਕ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ ਜਾ ਰਹੇ ਨੇ, ਇੱਕ ਦਾ ਇੰਨਾ ਸਤਿਕਾਰ ਹੈ, ਮੈਂ ਵੀ ਤੇ ਸਾਰੀ ਰਾਤ ਖਲੋਤੀ ਹਾਂ, ਮੈਂ ਵੀ ਤੇ ਸਾਰੀ ਰਾਤ ਪਹਿਰਾ ਦਿੱਤਾ ਹੈ, ਪਾਣੀ ਦਾ ਗਲਾਸ ਹੱਥ ਵਿੱਚ ਫੜ ਕੇ ਖਲੋਤੀ ਗਈ। ਉਹ ਆਖਣ ਲੱਗੇ ਨਹੀਂ, ਉਹ ਤੇ ਸਮਾਂ ਲੰਘ ਗਿਆ, ਉਹ ਅੰਦਰੋਂ ਪ੍ਰੇਮ ਸੀ, ਇਹ ਰੀਸ ਹੈ, ਇਹ ਸੋਭਾ ਖੱਟਣ ਵਾਸਤੇ ਹੈ, ਇਹ ਪ੍ਰਵਾਨ ਨਹੀਂ ਹੋਏਗਾ, ਇਹ ਪ੍ਰੇਮ ਨਹੀਂ ਹੁੰਦਾ ਗੁਰਮੁਖੋ, ਇਹ ਦਿਖਾਵਾ ਹੈ, ਫਲਾਣਾ ਸੇਵਾ ਕਰਦਾ ਮੈਂ ਵੀ ਕਰਾਂ, ਮੇਰੀ ਵੀ ਬੱਲੇ ਬੱਲੇ ਹੋਵੇ, ਫਲਾਣੇ ਨੂੰ ਲੋਕ ਜਥੇਦਾਰ ਕਹਿੰਦੇ ਨੇ ਮੈਂ ਵੀ ਉੱਦਾਂ ਉੱਦਾਂ ਹੀ ਕਰਾਂ, ਇਹ ਨਹੀਂ ਹੋ ਸਕਦਾ। ਇਹ ਤੇ ਅੰਦਰੋਂ ਇੱਕ ਵਾਰੀ ਪਿਆਰ ਫੁੱਟਦਾ ਹੈ, ਪ੍ਰੇਮ ਸ਼ਰਧਾ ਭੱਜ ਭੱਜ ਕੇ ਸੇਵਾ ਕਰਨ ਦਾ ਚਾਹ ਤੇ ਆਨੰਦ ਵੀ ਉਸੇ ਵਿੱਚ ਹੈ। ਇੱਕ ਬਾਣੀ ਪੜ੍ਹਨੀ ਪਿਆਰ ਨਾਲ, ਇੱਕ ਰੀਸ ਨਾਲ, ਬੱਧਾ ਚੱਟੀ ਉਹ ਨਹੀਂ ਪ੍ਰਵਾਨ ਹੁੰਦੀ, ਉਹ ਪ੍ਰਵਾਨ ਨਹੀਂ ਵੀ ਮੈਂ ਵੀ ਇਹਦੇ ਤੋਂ ਅੱਗੇ ਲੰਘਾਂ, ਮੈਂ ਉਦੋਂ ਵੱਧ ਪਾਠ ਕਰਦਾ, ਮੇਰੀ ਵੀ ਗਿਣਤੀ ਇੰਨੀ ਹੋਵੇ ਵੀ ਜੇ 15 ਬਾਣੀਆਂ ਪੜ੍ਹਦਾ ਮੈਂ ਵੀ 15 ਹੀ ਪੜ੍ਹਾਂ, ਇਹ ਨਹੀਂ ਪ੍ਰਵਾਨ, ਅੰਦਰੋਂ ਹੋਵੇ। ਨੇਮ ਬਣਾਈਏ ਪ੍ਰੇਮ ਬਣਦਾ ਹੈ, ਪਰ ਸੱਚੇ ਪਾਤਸ਼ਾਹ ਮਿਹਰ ਕਰਨ ਅੰਦਰੋਂ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਅੰਦਰ ਵੇਖਣਾ ਹੈ, ਬਾਹਰੀ ਦਿਖਾਵਾ ਨਹੀਂ ਵੇਖਣਾ, ਸਾਡੇ ਪਹਿਰਾਵੇ ਨਹੀਂ ਵੇਖਣੇ, ਸੱਚੇ ਪਾਤਸ਼ਾਹ ਨੇ ਅੰਦਰੋਂ ਵੇਖਣਾ ਅੰਦਰ ਕਿੰਨੀ ਕੁ ਪ੍ਰੀਤ। ਰਾਮਾ ਕਹਿੰਦਾ ਇਦਾਂ ਸਤਿਕਾਰ ਹੋਏਗਾ, ਜੇਠਾ ਟੋਕਰੀ ਢੋਂਦਾ ਮੈਂ ਵੀ ਢੋਣ ਲੱਗ ਪੈਂਦਾ, ਜੇਠਾ ਸੇਵਾ ਕਰਦਾ ਮੈਂ ਵੀ ਸੇਵਾ ਕਰਨੀ ਸ਼ੁਰੂ ਕਰ ਦੇਣਾ। ਹੁਣ ਉਹਨੇ ਵੀ ਟੋਕਰੀ ਚੁੱਕ ਲਈ, ਭਾਈ ਜੇਠਾ ਜੀ ਸੇਵਾ ਕਰਦੇ ਨੇ, ਰਾਮਾ ਜੀ ਸੇਵਾ ਕਰਦੇ ਨੇ, ਇੱਕ ਅੰਦਰੋਂ ਇੱਕ ਦਿਖਾਵਾ। ਹੁਣ ਕੁਝ ਲੋਕ ਤੇ ਸਮਝਦੇ ਨੇ ਵੀ ਇੱਕ ਪਿਆਰ ਚ ਕਰਦਾ ਇੱਕ ਦਿਖਾਵਾ ਕਰਦਾ, ਪਰ ਕਈ ਵਿਚਾਰੇ ਭੁੱਲੜ ਨੇ, ਉਹ ਕਹਿੰਦੇ ਨੇ ਇਹ ਵੀ ਬੜਾ ਵੱਡਾ ਸੇਵਾਦਾਰ, ਜੇਠਾ ਵੀ ਸੇਵਾਦਾਰ ਆ, ਰਾਮਾ ਵੀ ਸੇਵਾਦਾਰ। ਹੁਣ ਰਾਮਾ ਜੀ ਦੀ ਵੀ ਸੋਭਾ ਹੋਣ ਲੱਗ ਪਈ। ਇੱਕ ਦਿਨ ਕਿਸੇ ਨੇ ਦੱਸਿਆ ਗੁਰੂ ਅਮਰਦਾਸ ਸਾਹਿਬ ਨੂੰ, ਮਹਾਰਾਜ ਦੋਵੇਂ ਦਾਮਾਦ ਨੇ, ਦੋਵੇਂ ਸੇਵਾ ਕਰਦੇ ਨੇ, ਕੌਣ ਹੈ ਜਿਹਦਾ ਦਿਲੋਂ ਮੁਹੱਬਤ ਅੰਦਰੋਂ ਪ੍ਰੇਮ ਹੈ, ਕੌਣ ਹੈ ਇਹਨਾਂ ਦੋਵਾਂ ਚੋਂ?
ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਸਾਰਿਆਂ ਦੇ ਸਾਹਮਣੇ ਵੇਖਾਂਗੇ, ਪਰਖ ਕੇ ਪਤਾ ਲੱਗ ਜਾਏਗਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ ਹੋਏ। ਕਸਵੱਟੀ ਲੱਗੇਗੀ ਜਦੋਂ ਉਦੋਂ ਫਿਰ ਕੱਚੇ ਉਹ ਫੇਲ ਹੋ ਜਾਂਦੇ। ਜਿਹਨਾਂ ਨੇ ਪੜ੍ਹਾਈ ਕੀਤੀ ਹੈ ਪਾਸ ਹੀ ਉਹਨਾਂ ਨੇ ਹੋਣਾ, ਜਿਹੜੇ ਬਾਹਰ ਖੇਡ ਕੇ ਮੁੜਦੇ ਰਹੇ ਉਹਨਾਂ ਨੂੰ ਕਿੱਥੇ ਉਹਨਾਂ ਨੇ ਪਾਸ ਹੋ ਜਾਣਾ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਆਖਣ ਲੱਗੇ ਲੱਗ ਜਾਏਗਾ ਪਤਾ ਅੰਦਰੋਂ ਕੌਣ ਪ੍ਰੇਮ ਕਰਦਾ ਤੇ ਬਾਹਰੋਂ ਦਿਖਾਵਾ ਕਿਹੜਾ ਕਰਦਾ ਸੇਵਾ ਦਾ, ਵੇਖਾਂਗੇ ਪਰਖ ਕੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਪਰਚਾ ਪਾ ਦਿੱਤਾ, ਜਦੋਂ ਲੱਗਦੀ ਕਸੌਟੀ ਤੇਰੇ ਨਾਮ ਦੀ, ਪਰਖਦੇ ਨੇ ਸੱਚੇ ਪਾਤਸ਼ਾਹ, ਜਦੋਂ ਲੱਗਦੀ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵਣੇ, ਲੱਗਦੀ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵਣੇ, ਲੱਗਦੀ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵਣੇ, ਲੱਗਦੀ ਕਸੌਟੀ